पहला था जी सारे ने राम राम भाई मैं आपका अपना भाई सोनू चनालिया आज आचार पचहत्तर यूट्यूब चैनल पर आप सभी का बहुत बहुत स्वागत करता हूँ तो सभी ना पता है भाई अम्बाला में अग्निवीर की भर्ती चल रही है और पहले दिन थी वालों की भर्ती और भाई यहाँ भाई उसमें सेलेक्ट हुए हैं पहला ही ग्रुप में जो यहाँ बाड़क बाहर आए इनका सबसे पहले भाई अंदर रेस रास होगा सबसे पहले यहीं बाहर निकड़े उसके बाद भाई हम नया बैठा लिए इनते बात करेंगे भाई पूछेंगे के रोल या किस होया पहला तो ਦੋ ਭਾਈ ਰਾਮ 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 ਭਾਈ ਸਾਰਿਆਂ ਨੂੰ ਰਾਮ ਰਾਮ ਭਾਈ ਰਾਮ ਰਾਮ ਭਾਈ ਅੱਛਾ ਭਾਈ ਬਾਲ ਕੋ ਤੇ ਇਹ ਬਾਤ ਬਤਾ ਸਭ ਸੇ ਪਹਿਲੋ ਐਂਟਰੀ ਕਿਸ ਟਾਈਮ ਚਾਲੂ ਹੋਈ ਥੀ ਭਾਈ ਐਂਟਰੀ ਪੂਰੇ 2:30 ਪਾ ਸਟਾਰਟ ਹੋ ਗਈ ਥੀ ਐਂਟਰੀ ਉਸ ਕੇ ਬਾਅਦ ਭਾਈ ਮਾਰੇ ਜੋ ਬੈਗ ਬੂਕ ਚੈੱਕ ਹੋਏ ਆ ਬੈਗ ਮਾ ਦੇ ਪਾਣੀ ਪੂਣੀ ਗੇਰ ਦਿੱਤਾ ਦਵਾਈ ਦੂਈ ਜਿਨ ਲੈ ਰੱਖੀ ਥੀ ਬੈਗਾਂ ਮਾ ਦੇ ਉਹ ਕਾਟ ਦੀ ਥੀ ਔਰ ਆਇਟ ਪੂਰੀ 170 ਲੈ ਰਿਆਂ ਭਾਈ ਉਸ ਤੇ ਥੋੜੀ ਜਿਸ ਕੀ ਬਾਲ ਬੂਲ ਬੜੇ ਆ ਉਨ ਤੇ ਵੀ ਅੰਦਰ ਜਾਣ ਦੇ ਰਿਆਂ ਬਾਕੀ ਅੰਦਰ ਫਿਰ ਫੋਜੀ ਚੈੱਕ ਕਰਾਂਗੇ ਹਾਈਟ ਅੱਛਾ ਇੱਕ ਵਾਰ ਦੁਬਾਰਾ ਤੇ ਹਾਈਟ ਫੇਰ ਚੱਕੋ ਵਾ ਹਾਂਜੀ ਮਨੇ ਆ ਬਾਤ ਵੀ ਸੁਣਨੇ ਮਾਈ ਭਾਈ ਕਹੀਂ ਬਾਲਕ ਭਾਈ ਵੀਡੀਓ ਬਣਾਈ ਜੋ ਆ ਡੰਡਾ ਲੱਗ ਰਿਹਾ ਹੈ ਵਾ 170 ਪਾ ਪਰ ਬਾਲਕ ਯਾਰ ਬਾਤ ਬਦਾਰੇ ਭਾਈ 174 ਪਠਾ ਦਿਆ ਵਾ ਭਾਈ ਇਹ ਬਾਤ ਬਿਲਕੁਲ ਗਲਤ ਆ ਹਾਈਟ ਪੂਰੀ 170 ਸੈਂਟੀਮੀਟਰ ਆ ਅੱਛਾ ਹਾਂ ਮਤਲਬ ਜੋ ਆ ਆਵਾ ਬਣਾ ਰਹੇ ਮਤਲਬ ਇਹ ਹਾਂ ਭਈਆ ਭਈਓ ਜੋ 175 ਬਗਰ ਦੇ 173 ਬਗਰ ਦਿਓ ਬਾਤ ਬਿਲਕੁਲ ਗਲਤ ਹੈ ਭਾਈ ਹਾਈਟ 170 ਸੈਂਟੀਮੀਟਰ ਪਈ ਲੈ ਰਹੇ ਫੌਜੀ ਆਪਣੇ ਹਾਂ ਮਤਲਬ ਜੀ ਨੂੰ ਭਾਈ ਹੋਗੀ 170 ਆਵਾ ਡਰਾ ਨਹੀਂ ਖੁੱਲੇ ਦਿਲ ਤੇ ਆਵਾ ਹਾਂਜੀ ਖੁੱਲੇ ਦਿਲ ਤੇ ਆਵਾ एकदम ਫੌਜੀ ਭਾਈ ਆਪਣੀ ਫੁੱਲ سپورਟ ਕਰ ਰਹੇ ਆ ਭਾਈ एकदम ਮੈਂ ਕਹਿ ਰਿਹਾ ਕਿ 2 ਸਾਲ ਬਾਅਦ ਵਰਤੀ ਆਈਏ ਤੁਹਾਨੂੰ ਫੁੱਲ ਸਪੋਰਟ ਕਰਾਂਗੇ ਹਾਂ ਅੱਛਾ ਭਾਈ ਤਾਂ ਉਸ ਕੇ ਬਾਅਦ ਜਿਸ ਟਾਈਮ ਆਪਕੀ ਐਂਟਰੀ ਹੋਗੀ ਵਹਾਂ ਤੇ ਐਂਟਰੀ ਪਾ ਕੇ ਕੇ ਕਾਗਜ਼ ਮੰਗਿਆ ਐਂਟਰੀ ਆ ਬਾਈ ਮਨ ਮੰਗਿਆ ਇੱਕ ਤੋਂ 10ਵੀਂ ਦੀ ਡੀਐਮਸੀ ਮੰਗੀ ਹਰਿਆਣਾ ਰੈਜ਼ੀਡੈਂਸ ਮੰਗਿਆ ਬਸ ਦੋ ਅਰ ਇੱਕ ਐਡਮਿਟ ਕਾਰਡ ਮੰਗਿਆ ਤਾਂ ਭਾਈ ਅੱਛਾ ਤਿੰਨ ਕਾਗਜ਼ ਹਾਂ ਤਿੰਨ ਕਾਗਜ਼ ਮੰਗੇ ਤੇ ਅੱਛਾ ਹਾਂ ਤਾਂ ਉਸ ਕੇ ਬਾਅਦ ਅੰਦਰ ਐਂਟਰੀ ਹੋਗੀ ਥਾਰੀ ਕਾਗਜ਼ ਦਿਖਾ ਦਿਆ ਤਾਂ ਰੇਸ ਕਿਸ ਟਾਈਮ ਚੱਲੂ ਹੋਈ ਰੇਸ ਭਾਈ ਕਾਗਜ਼ ਦਿਖਾਣੇ ਕੇ ਬਾਅਦ ਮਾਰੇ ਗਰੁੱਪ ਥੇ ਨਾ 150 ਇੱਕ ਬੈਚ 150 ਦਾ ਬਣ ਰਿਹਾ ਬਈ ਹਾਂ ਇੱਕ ਲਾਈਨ ਮਾ 25-25 ਬਾਲ ਬਿਠਾ ਦੇ ਯਾਰ 6 ਲਾਈਨਾਂ ਬਣ ਗਈ ਆਪਣੀ ਠੀਕ ਆ ਫਿਰ ਉਸਕੇ ਬਾਅਦ ਆਪਾਂ ਆਪਣੇ ਗਰਾਊਂਡ 'ਪਾ ਚਲੇ ਜਾਵਾਂ ਬਈ ਵਾਹ ਸੀ ਮਾਰਾ ਬੈਚ ਸਟਾਰਟ ਹੋਇਆ ਦਾ ਪੂਰੇ 4:30 ਵਜੇ ਮਾਰਾ ਪਹਿਲਾ ਬੈਚ ਸਟਾਰਟ ਹੋ ਗਿਆ ਤਾਂ ਅੱਛਾ ਪਹਿਲਾ ਹੀ ਗਰੁੱਪ ਥਾ ਥਾਰਾ ਹਾਂਜੀ ਅੰਬਾਲੇ ਵਾਲੋ ਦਾ ਭਾਈ ਪਹਿਲੀ ਪਹਿਲਾ ਹੀ ਦਿਨ ਥਾ ਭਰਤੀ ਕਰ ਪਹਿਲਾ ਹੀ ਭਾਈਓ ਦਾ ਗਰੁੱਪ ਥਾ ਔਰ ਪਹਿਲੀ ਵਾਰ ਮੈਂ ਬੰਦੋਨਾ ਪਹਿਲੀ ਐਕਸੀਲੈਂਟ ਠੋਕਦੀ ਐਕਸੀਲੈਂਟ ਠੋਕੀ ਭਾਈ ਅੱਛਾ ਕੌਣ ਸੇ ਗਰੁੱਪ ਮੈਂ ਤਿਆਰੀ ਕਰ ਰਹੇ ਤੇ ਭਾਈ ਆਪਾਂ ਭਾਈ ਰੋਹਿਤ ਰਨਿੰਗ ਗਰੁੱਪ ਮੈਂ ਯਮਨਾਨਗਰ ਪ੍ਰੈਕਟਿਸ ਕਰਾਂ ਤੇਜ਼ਲੀ ਗਰਾਊਂਡ ਮੈਂ ਅੱਛਾ ਕਿਤਨੇ ਦਿਨ ਹੋ ਗਏ ਤੇ ਤਿਆਰੀ ਕਰਦੇ ਮਨੂੰ ਪੂਰੇ 3 ਮਹੀਨੇ ਹੋ ਗਏ ਤੇ ਭਾਈ ਅੱਛਾ ਤਨਾ ਭਾਈ ਮ ਬਹੁਤ ਬੜੀ ਚੱਲ ਰਹੀ ਥੀ ਰਨਿੰਗ ਗਰੁੱਪ ਕੀ ਬਹੁਤ ਅੱਛੀ ਪ੍ਰੈਕਟਿਸ ਚੱਲ ਰਹੀ ਥੀ ਅੱਛਾ 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 ਭਾਈ ਨੂੰ ਵੀ ਸੁਣਨੇ ਮਾਈ ਕੀ ਭਾਈ ਗਰਾਊਂਡ 'ਕੇ ਉਲਟੇ ਚੱਕਰ ਮਰ ਰਿਹਾ ਏ ਉਹ 'ਕੇ ਰੋਲਾ ਹੈ ਭਾਈ ਆਪ ਨੂੰ ਬਤਾ ਫੌਜੀ ਭਾਈ ਕੈਸੇ ਹਾਂ ਮੈਂ ਕੁਝ ਵੀ ਕਰ ਸਕਾਂ ਹਾਂ ਇਸ ਕੀ ਵਾਰ ਗਰਾਊਂਡ 'ਕੇ ਪੁੱਠੇ ਚੱਕਰ ਲਵਾ ਦिए ਚਾਰ ਚੱਕਰ ਪੁੱਠੇ ਲਵਾ ਦिए ਭਾਈ ਸਿੱਧੇ ਸਿੱਧੇ ਹੀ ਲਵਾਏ ਆ ਹਾਂ ਤੋ ਭਾਈ ਅੱਜ ਲਗਭੀ ਆ ਵਾਤ ਦੇਖਣੇ ਨਾ ਨਹੀਂ ਮਿਲੀ ਤੀ ਕਿ ਭਾਈ ਉਲਟੇ ਚੱਕਰ ਮਰਵਾਇਰੇ ਅੱਜ ਲਗ ਸਿੱਧੇ ਚੱਕਰ ਤੋਂ ਦੇਖਿਓਗੇ ਭਾਈ ਤੁਮਨਾ ਵੀ ਸਿੱਧੇ ਚੱਕਰ ਤੋਂ ਆਪ ਮਾਰੇ ਆਂ ਭਾਈ ਹਾਂ ਜੀਪ ਕੇ ਵਾਰ ਉਲਟੇ ਚੱਕਰ ਲਗਵਾਏ ਬਿਠਾਈ ਵੀ ਉਲਟੇ ਔਰ ਬਗਾਏ ਵੀ ਉਲਟੇ ਅੱਛਾ ਬਾਗਣੇ ਮੇਂ ਦਿੱਕਤ ਆਈ ਪਹਿਲੋ ਸਹੀ ਤਾ ਯਈ ਬਸਹੀਆ ਬਾਗਣਿਆਂ ਬਾਈ ਦਿੱਕਤ ਤੋਂ ਬਿਲਕੁਲ ਨਹੀਂ ਆਈ ਬਾਕੀ ਜਿਸਨੇ ਪ੍ਰੈਕਟਿਸ ਕਰੀ ਉਸਨੂੰ ਦਿੱਕਤ ਹੀ ਨਹੀਂ ਆਣੀਗੀ ਬਾਈ ਅੱਛਾ ਚਰਨਿੰਗੇ ਦੇ ਬਾਗ ਲੋ ਚਰਨੂ ਦੇ ਦਿੱਕਤ کہیں ਨਹੀਂ ਆਣੇਗੀ ਦਿੱਕਤ کہیں ਨਹੀਂ ਆ ਅੱਛਾ ਤੋ ਬਾਈ ਪਹਿਲੋ ਐਂਟਰੀ ਕੀ ਤੋ ਬਾਤ ਹੋ ਗਈ ਬਾਈ ਕਾਗਜ਼ ਕੇ ਕੇ ਜਿਸ ਟਾਈਮ ਰੇਸ ਹੋ ਗਈ ਉਸਕੇ ਬਾਅਦ ਕੇ ਕੇ ਕਾਗਜ਼ ਮੰਗੇ ਜਿਸ ਟਾਈਮ ਰੇਸ ਹੋ ਗਈ ਬਾਈ ਮਾਰੇ ਆ ਜੋ ਫਸਟ ਬੈਚ ਕੇ ਜੋ ਲਾਲ ਲਾਲ ਸੇਪ ਭਵਾ ਦਿੱਤੇ ਉੱਪਰ ਜੋ ਪਾਵਾਂ ਬਨਿਆਨ ਦੀ ਆ ਉਹ ਟੋਕਰ ਜੋ ਬੈਚ ਨਾ ਹਾਂ ਔਰ ਜੋ ਸੈਕੰਡ ਗਰੁੱਪ ਕੇ ਗ੍ਰੀਨ ਗ੍ਰੀਨ ਭਵਾ ਦਿੱਤੇ ਬਾਈ ਫਿਰ ਉਸਕੇ ਬਾਅਦ ਮਾਰੇ ਡਾਕੂਮੈਂਟੇਸ਼ਨ ਚਾ ਕੋਈ ਦੀ ਬਾਈ ਕੌਣ ਕਿਸ ਦੀ ਕੁਆਲਿਫਿਕੇਸ਼ਨ ਦਾ ਬਸ ਥਮਨਾ ਦੋ ਬਸ ਐਕਸੀਲੈਂਟ ਹੋਕੀ ਹਾਂਜੀ ਦੋਨਾਂ ਨੇ ਇੱਕੋ ਬੈਚ ਵਿੱਚ ਬੈਠੇ ਤੇ ਬਾਈ ਦੋਨੋਂ ਪਹਿਲਾ ਹੀ ਗਰੁੱਪ ਥਾ ਹਰ ਦੋਨੋਂ ਇਹ ਕੀ ਜੰਗਾ ਤਿਆਰੀ ਕਰ ਰਹੇ ਸੀ ਹਾਂਜੀ ਦੋਨੋਂ ਇੱਕੋ ਰੋਜ਼ ਰਨਿੰਗ ਗਰੁੱਪਾ ਪ੍ਰੈਕਟਿਸ ਕਰ ਰਹੇ ਤੇ ਬਾਈ ਐ ਕਿਤਨਾ ਏਰੀਆ ਬਾਤ ਵੀ ਕਰੇ ਬਾਈ ਬੜੀਆ ਟਾਈਮ ਮੇਰਾ ਟਾਈਮ ਟੂਮ ਕਿਤਨਾ ਦੇ ਰਹੇ ਬਾਈ ਫੌਜੀ ਬਾਈ ਆਪਣਾ ਪੂਰਾ ਖੁੱਲਾ ਟਾਈਮ ਦੇ ਰਹੇ 5:30 ਦਾ ਟਾਈਮ ਦੇ ਰਹੇ ਆ ਹਾਂ ਔਰ ਜੋ ਐਕਸਲੈਂਟ ਆ ਉਹ 5 10 5 15 ਵਾਲੇ ਬਾਲਕ ਪਕੜ ਰਹੇ ਆ ਬਾਈ ਐਕਸਲੈਂਟ ਵਾਂ ਥਾਰੇ ਗਰੂਪ ਮਾ ਕਿਤਨੇ ਬਾਲਕ ਨੂੰ ਰੇਸ ਕਰੀ ਮਾਰੇ ਗਰੂਪ ਮਾ ਵੀ 40 ਬਾਲਕਾਂ ਨੇ ਰੇਸ ਕਰੀ ਆ 15 20 15 ਤੇ 20 ਐਕਸਲੈਂਟ ਵਾਂ ਬਾਈ ਅਰ 20 ਸੈਕਿੰਡ ਗਰੁੱਪ ਮਾ ਅੱਛਾ ਅੱਛਾ ਵਾਹ ਰਵਾਹ ਬਹੁਤ ਬੜੀਆ ਤੋ ਬਾਈ ਆਪ ਦੇ ਬਾਈ ਬੜੀਆ ਸਾਰੀ ਇਨਫੋਰਮੇਸ਼ਨ ਦੀ ਬਾਈਓ ਨਾ ਬਾਈ ਕੋਈ ਬਾਈ ਸੋ ਤਰ੍ਹਾਂ ਕੋ ਭਾਈ ਕੇ ਮਿਲੇਗਾ ਰੇਸ ਕਰਨੇ ਕੇ ਬਾਅਦ ਤੋ ਬਾਈਓ ਹਾ ਦੇਖੋ ਬੈਂਡ ਉਹ ਬੈਂਡ ਦਿਖਾ ਦੇ ਭਾਈ ਇਸ ਪਰ ਲਿਖਿਆ ਰਹੇਗਾ ਭਾਈ ਟੋਕਨ ਨੰਬਰ ਯੋ ਹੋ ਗਰਾ ਸਿਸਟਮ ਯੂਜ਼ ਗਾਰਡ ਹਰੀ ਐਂਟਰੀ ਅਸੀਂ ਬਾਹਰ ਕਰ ਦਿੱਤੇ ਇਹ ਭਾਈ ਕੱਲ ਬੜੇ ਤੇ ਰਾਤ ਨਨ ਕੀ ਐਂਟਰੀ ਹੋਈ ਦੀ 2:30 ਵਜੇ ਐਂਟਰੀ ਹੋਈ ਤੇ ਅੰਦਰ 2:30 ਵਜੇ ਹਾਂਜੀ 2:30 ਵਜੇ ਐਂਟਰੀ ਹੋਈ ਦੀ ਪੂਰੀ ਰਾਤ ਅੰਦਰ ਰਹੇ ਪੂਰਾ ਦਿਨ ਅੰਦਰ ਰਹੇ ਫਿਰ ਆਈਬ ਰਾਤ ਨਾ ਕਾਢਦੇ ਤਿਆਂ 1:00 ਵਜੇ ਈਬ 3:00 ਵਜੇ ਫਿਰ ਦੁਬਾਰਾ ਤੇ ਅੰਦਰ ਜਾਵਾਂਗੇ ਭਾਈ ਈਬ ਥਾਰਾ ਮੈਡੀਕਲ ਹੋਵੇਗਾ ਹਾਂਜੀ ਭਾਈ ਸਾਡੇ 3:30 ਵਜੇ ਮੈਡੀਕਲ ਦਾ ਟਾਈਮ ਆ ਭਾਈ ਈਬ ਸਾਡੇ 3:30 ਵਜੇ ਮੈਡੀਕਲ ਦੇਣ ਜਾਵਾਂਗੇ ਅੱਛਾ ਹਾਂਜੀ ਤੋ ਈਬ 3:30 ਵਜੇ ਕਨ ਦਾ ਟਾਈਮ ਆ ਭਾਈ ਬੀਆਂ ਮੈਡੀਕਲ ਮੰਦਰ ਵੜਾਂਗੇ ਮੈਡੀਕਲ ਮੋਰ ਕੇ ਕੇ ਮੰਗ ਰੱਖਿਓ ਨਾ मेडिकल में भाई जो अपना रोल नंबर स्लिप थी मेडिकल की वो मांग रखी भाई बस बस फालतू तो कुछ नहीं और कुछ फालतू तो नहीं अच्छा तो और कुछ कहो ना भाई और कुछ चाहिए आगे लोग मेडिकल में कोई दिक्कत दक्कत दिया कुछ ना जी न्यू तो, 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 तो कुछ नहीं बोल स्लिप मेडिकल स्लिप चाहिए और कुछ नहीं चाहिए डॉक्यूमेंट अच्छा मेडिकल तो भाई आईया बालक भाई मेडिकल करके भाई उसमें भी उस दिखावें किस तरह के मेडिकल हो रहा किस तरह ना हो रहा तो ठीक है जी सारे ने राम राम भाई वीडियो अच्छी लगे तो लाइक कमेंट एंड शेयर जरूर कर दियो तो ठीक है जी सारे ने राम राम